ਪੰਚਾਇਤੀ ਰਾਜ ਐਕਟ ਦੇ ਵਿੱਚ ਜਿਹੜੀ ਅੱਜ ਸੋਧ ਕੀਤੀ ਆ, ਇਹ ਪਹਿਲਾਂ ਆਪਣੀ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਇਹ ਹੁੰਦੀ ਸੀ ਜ਼ਿਲ੍ਹੇ ਪੱਧਰ 'ਤੇ, ਉਹਨੂੰ ਪੰਚਾਇਤੀ ਰਾਜ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ, ਉਹ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਅਨੁਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹੇ ਲੈਵਲ 'ਤੇ ਹੁੰਦੀ ਸੀ, ਉਹਦੇ ਵਿੱਚ ਜਿਹੜੇ ਅਸਰ ਰਸੂਖ ਰੱਖਦੇ ਸੀ ਲੀਡਰ ਜਾਂ ਇਸ ਮਹਿਕਮੇ ਦੇ ਮੰਤਰੀ ਜਾਂ ਵੱਡੇ ਲੀਡਰ, ਉਹਨਾਂ ਨੇ ਆਪਦੇ ਬਲਾਕਾਂ ਦੇ ਵਿੱਚ ਕਈ ਵਾਰ ਜੇ ਆਬਾਦੀ ਜ਼ਿਲ੍ਹੇ ਦੇ ਵਿੱਚ 35% ਆ, ਕਿਸੇ ਬਲਾਕ ਦੇ ਵਿੱਚ 30% ਆਬਾਦੀ ਹੁੰਦੀ ਸੀ ਐੱਸ ਸੀ, ਕਿਸੇ ਦੇ ਵਿੱਚ 40% ਹੁੰਦੀ ਸੀ, ਅਤੇ ਉਹ ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ, ਆਪਦੇ ਝੇਤਿਆਂ ਨੂੰ ਖੁਸ਼ ਕਰਨ ਲਈ ਆਪਦੇ ਬਲਾਕਾਂ 'ਚ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀ ਦੀਆਂ ਉਹ ਘੱਟ ਕੀਤੀਆਂ ਜਾਂਦੀਆਂ ਸੀ ਅਤੇ ਦੂਜੇ ਬਲਾਕਾਂ ਦੇ ਵਿੱਚ ਵੱਧ ਕਰ ਦੇਣੀਆਂ। ਹੁਣ ਬਲਾਕ ਲੈਵਲ 'ਤੇ ਇਹ ਰਿਜ਼ਰਵੇਸ਼ਨ ਹੋਊਗੀ, ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ, ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨੁਸਾਰ ਹੀ ਰਿਜ਼ਰਵੇਸ਼ਨ ਹੋਵੇਗੀ। ਇਹ 'ਚ ਜਿਹੜੀ ਸਾਡੀ ਪਛੜੀਆਂ ਸ਼੍ਰੇਣੀਆਂ ਐੱਸ ਸੀ ਵਰਗ ਆ ਉਹਨਾਂ ਨੂੰ ਫਾਇਦਾ ਮਿਲੇਗਾ, ਕਿਸੇ ਦਾ ਕੋਈ ਹੱਕ ਨਹੀਂ ਖਾ ਸਕੇਗਾ, ਇਹਦਾ ਕਰਕੇ ਇਸ ਬਿੱਲ ਦੇ ਵਿੱਚ ਸੋਧ ਕੀਤੀ ਗਈ। ਧੰਨਵਾਦ ਜੀ। ਹਾਂਜੀ, ਸਿੰਬਲ ਜਿਹੜਾ ਸਿੰਬਲ ਖਤਮ ਕੀਤਾ ਗਿਆ ਉਹਦੇ 'ਚ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਦੱਸਿਆ ਕਿ ਜਿਹੜਾ ਸਰਪੰਚ ਆ ਉਹ ਪਿੰਡ ਦਾ ਚਾਹੀਦਾ, ਕਿਸੇ ਪਾਰਟੀ ਦਾ ਨਹੀਂ ਚਾਹੀਦਾ, ਕਿਸੇ ਦਾ ਚੋਣ ਨਿਸ਼ਾਨ ਬੈਟ ਹੋਵੇ, ਹਾਕੀ ਹੋਵੇ, ਭਾਵੇਂ ਤਾਲਾ ਹੋਵੇ, ਉਹਨੂੰ ਲੋਕ ਇਹ ਸਮਝ ਕੇ ਵੋਟ ਪਾਉਣ ਵੀ ਇਹ ਸਾਡਾ ਸਰਪੰਚ ਆ। ਜੇ ਉਹ ਚਾਹੁੰਦਾ ਆਪਦੇ, ਜੇ ਕੋਈ ਕਾਂਗਰਸ ਪਾਰਟੀ ਦਾ ਆਪਦੇ ਲੀਡਰ ਦੀ ਚਾਹੁੰਦਾ ਫੋਟੋ ਲਾਉਣੀ, ਉਹ ਰਾਹੁਲ ਗਾਂਧੀ ਦੀ ਫੋਟੋ ਲਾ ਲਏ। ਜੇ ਆਮ ਆਦਮੀ ਪਾਰਟੀ ਦਾ ਸਾਡਾ ਕੋਈ ਪਿਆਰ ਕਰਨ ਵਾਲਾ, ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਾ ਲਏ, ਕੇਜਰੀਵਾਲ ਸਾਹਿਬ ਦੀ ਫੋਟੋ ਲਾ ਲਏ। ਜੇ ਕੋਈ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਉਹ ਆਪਦੇ ਲੀਡਰ ਦੀ ਉੱਤੇ ਫੋਟੋ ਲਾ ਸਕਦਾ, ਪਰ ਚੋਣ ਸਿੰਬਲ ਤੋਂ ਬਿਨਾਂ ਇਲੈਕਸ਼ਨ ਹੋਵੇਗੀ। ਇਹਦੇ 'ਚ ਲੋਕ ਵੀ ਖੁਸ਼ ਨੇ ਕਿ ਸਾਡਾ ਸਰਪੰਚ ਸਾਡਾ ਹੈ, ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ, ਅਤੇ ਸਾਡੇ ਪਿੰਡ ਦਾ ਵਿਕਾਸ ਬਿਨਾਂ ਭੇਦਭਾਵ ਤੋਂ, ਬਿਨਾਂ ਪੋਲਿਟਿਕਸ ਤੋਂ, ਜਿਹੜੇ ਪਿਛਲੇ ਸਰਪੰਚ ਕਰਦੇ ਰਹੇ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਦੇ, ਵੀ ਜੇ ਕਿਸੇ ਨੇ ਵੋਟ ਨਹੀਂ ਪਾਈ ਉਹਦੀ ਬੂਹੇ ਅੱਗੋਂ ਗਲੀ ਛੱਡ ਦੇਣੀ ਜਾਂ ਉਹਦੀ ਪੁਲੀ ਪੁੱਟ ਦੇਣੀ ਜਾਂ ਉਹਦੀ ਨਾਲੀ ਰੋਕ ਦੇਣੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ 2.5 ਸਾਲ ਲੰਘ ਗਿਆ, ਨਾ ਕਿਸੇ ਨਾਲ ਪੱਖਪਾਤ ਕੀਤਾ, ਨਾ ਭੇਦਭਾਵ, ਭਾਵੇਂ ਕਿਸੇ ਵੀ ਪਾਰਟੀ ਨਾਲ, ਕੋਈ ਪੋਲੀਟੀਕਲ ਪਾਰਟੀ ਨਾਲ, ਉਹਦੇ ਬੂਹੇ ਅੱਗੇ ਕੋਈ ਕੱਚੀ ਗਲੀ ਨਹੀਂ ਛੱਡੀ ਗਈ, ਕੋਈ ਪੁਲੀ ਨਹੀਂ ਪੁੱਟੀ ਗਈ, ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ, ਕੋਈ ਨਜਾਇਜ਼ ਪਰਚਾ ਨਹੀਂ ਕਰਾਇਆ ਗਿਆ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ, ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਿਆ। ਇਸ ਗੱਲ ਨੂੰ ਪ੍ਰੈਸ ਵਾਲੇ ਭਰਾ ਵੀ ਚੰਗੀ ਤਰ੍ਹਾਂ ਜਾਣਦੇ, ਕਿਉਂਕਿ ਪੋਲੀਟੀਕਲ ਲੋਕਾਂ ਦੇ ਬਾਰੇ ਪ੍ਰੈਸ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ। ਇਹ ਕਹਿਣ ਦੀਆਂ ਗੱਲਾਂ, 110 ਪਿੰਡ ਜਿਹੜੇ ਤੁਸੀਂ ਗੱਲ ਕੀਤੀ ਆ ਸ਼ਾਹਕੋਟ ਦੀ, ਉਹ 110 ਪਿੰਡਾਂ ਦੇ ਵਿੱਚ ਪੇਪਰ ਰਿਜੈਕਟ ਹੋ ਕੇ ਸਰਬਸੰਮਤੀ ਇਹਨਾਂ ਕਰਾਈ ਆ, ਕੋਈ ਉਹ ਸਹਿਮਤੀ ਨਾਲ ਸਰਬਸੰਮਤੀ ਨਹੀਂ ਹੋਈ। ਇੱਕ ਹਲਕੇ ਦੇ ਵਿੱਚ 110 ਪਿੰਡ ਆ, ਅਤੇ 110 ਪਿੰਡਾਂ ਦੇ ਵਿੱਚ ਸਰਬਸੰਮਤੀ ਕਿਹੜੇ ਤਰੀਕੇ ਹੋਜੂਗੀ? ਆਪਾਂ ਮੰਨ ਲਈਏ ਇੱਕ ਹਲਕੇ ਦੇ ਵਿੱਚ 10 ਪਿੰਡਾਂ 'ਚ ਹੋਜੂ, 20 ਪਿੰਡਾਂ 'ਚ ਹੋਜੂਗੀ, 110 ਪਿੰਡਾਂ ਦੇ ਵਿੱਚ ਤਾਂ ਧੱਕੇ ਕੀਤੇ ਗਏ। ਹੁਣ ਇਹ ਅੰਦਰ ਸਵਾਲ ਕੀਤੇ ਸਾਡੇ ਸਾਥੀ ਮੈਂਬਰਾਂ ਨੇ, ਕਾਂਗਰਸ ਵਾਲਿਆਂ ਨੇ, ਵੀ ਸਰਬਸੰਮਤੀ ਹੋਊ, ਵੋਟਾਂ ਪੈਣਗੀਆਂ ਕਿ ਪੇਪਰ ਪਾੜੇ ਜਾਣਗੇ? ਇਹਨਾਂ ਨੂੰ ਆਪਦਾ ਵੇਲਾ ਚੇਤੇ ਹੋਣਾ ਚਾਹੀਦਾ। ਪੂਰੇ ਪੰਜਾਬ ਦੇ ਵਿੱਚ ਧੱਕੇਸ਼ਾਹੀਆਂ ਕੀਤੀਆਂ ਗਈਆਂ, ਪੇਪਰ ਪਾੜੇ ਗਏ, ਅਤੇ ਧੱਕਿਆਂ ਨਾਲ ਆਪਦੇ ਸਰਪੰਚ ਬਣਾਏ ਗਏ, ਉਹਨੂੰ ਇਹ ਸਰਬਸੰਮਤੀ ਦੱਸਦੇ ਆ। ਵੇਖੋ, ਅਸੀਂ ਤਾਂ ਇਹ ਕਹਾਂਗੇ ਵੀ ਸਰਪੰਚ ਅਤੇ ਪਿੰਡਾਂ ਦੇ ਲੋਕ ਸਰਬਸੰਮਤੀਆਂ ਕਰਨ। ਮਾਨ ਸਾਹਿਬ ਨੇ ਵੀ ਐਲਾਨ ਕੀਤਾ 5 ਲੱਖ ਰੁਪਈਆ ਤਾਂ ਪਿੰਡ ਨੂੰ ਮਿਲਣਾ ਹੀ ਮਿਲਣਾ, ਸਰਬਸੰਮਤੀ ਵਾਲੇ ਪਿੰਡ ਨੂੰ, ਨਾਲ ਸਟੇਡੀਅਮ ਬਣਨਗੇ, ਖੇਡ ਗਰਾਊਂਡਾਂ ਬਣਨਗੀਆਂ ਉਹਨਾਂ ਪਿੰਡਾਂ ਦੇ ਵਿੱਚ, ਹੋਸਪਿਟਲ ਸਕੂਲ ਬਣਨਗੇ,
ਜਿਹੜੇ ਪਿੰਡ ਸਰਬਸੰਮਤੀ ਕਰਕੇ ਆਉਣਗੇ ਉਹਨਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਕਰਾਇਆ ਜਾਏਗਾ। ਵਿਕਾਸ ਤਾਂ ਸਾਰੇ ਪੰਜਾਬ ਦਾ ਹੀ ਹੋਣਾ, ਸਾਰੇ ਪਿੰਡਾਂ ਦਾ ਹੋਣਾ, ਪਰ ਜਿਹੜੇ ਪਿੰਡਾਂ ਸਰਬਸੰਮਤੀਆਂ ਹੋਣਗੀਆਂ ਉਹਨਾਂ ਪਿੰਡਾਂ ਦਾ ਵਿਕਾਸ ਜ਼ਮੀਨੀ ਪੱਧਰ 'ਤੇ ਵਾਕਈ ਦੱਸ ਦਿੱਤਾ ਜਾਵੇਗਾ ਵੀ ਸਰਪੰਚ ਸਾਂਝਾ ਸਾਰੇ ਪਿੰਡ ਦਾ ਅਤੇ ਆਹ ਵਿਕਾਸ ਕੀਤਾ ਪਿਆ। ਦੇਖੋ ਜਿਹੜੀ ਲੋਕ ਸਭਾ ਦੀ ਚੋਣ ਆ ਨਾ, ਇਹਦਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਲੋਕ ਨਜ਼ਰੀਆ ਲੈ ਲੈਂਦੇ ਆ। ਦਿੱਲੀ ਦੇ ਵਿੱਚ ਸਰਕਾਰ ਤੀਜੀ ਵਾਰ ਰਿਪੀਟ ਹੋਈ ਆਮ ਆਦਮੀ ਪਾਰਟੀ ਦੀ, ਅਤੇ ਲੋਕ ਸਭਾ ਦੇ ਮੈਂਬਰ ਹੋਰ ਪਾਰਟੀਆਂ ਦੇ ਜਿੱਤ ਜਾਂਦੇ, ਉਸੇ ਤਰ੍ਹਾਂ ਪੰਜਾਬ 'ਚ ਵੀ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸਮਿਤੀ ਮੈਂਬਰ, ਕਾਰਪੋਰੇਸ਼ਨ ਆਮ ਆਦਮੀ ਪਾਰਟੀ ਜਿੱਤੂਗੀ। ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਪੰਜਾਬ ਦੀ ਲੋਕਾਂ ਨਾਲ, ਜਨਤਾ ਨਾਲ ਕੋਈ ਸੰਬੰਧ ਨਹੀਂ ਗਾ। ਦੇਖੋ 9 ਤਰੀਕ ਜਿਹੜੀ ਆ ਹੁਣ ਸਾਡੀ ਸੁਪਰੀਮ ਕੋਰਟ ਦੇ ਵਿੱਚ, ਉਹਦੇ 'ਚ ਇਹੋ ਹੀ ਕੋਸ਼ਿਸ਼ ਆ ਵੀ ਹੱਕ ਸਾਡੇ 'ਚ ਹੀ ਫੈਸਲਾ ਆਊਗਾ, RDF ਫੰਡ ਆਊਗਾ। ਵੈਸੇ ਵੀ ਪੰਜਾਬ ਸਰਕਾਰ ਕੋਲ ਵਸੀਲੇ ਹੈਗੇ ਆ, ਆ ਸਰਪੰਚੀਆਂ ਹੁਣ ਦਿਓ ਸਾਰੇ ਪਿੰਡਾਂ ਦਾ ਪੂਰੇ ਜ਼ੋਰਾਂ 'ਤੇ ਵਿਕਾਸ ਹੋਊਗਾ। ਧੰਨਵਾਦ। ਬਸ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ ਪੰਚਾਇਤੀ ਚੋਣਾਂ ਜਲਦੀ ਹੋਣਗੀਆਂ, ਜਲਦ ਹੋਣਗੀਆਂ ਜੀ।